ਫਾਈਬਰ ਕੇਬਲ ਵਾਈਫਾਈ ਦਾ ਯੂਜ਼ ਤਾਂ ਅਸੀਂ ਸਾਰੇ ਕਰਦੇ ਹਾਂ, ਪਰ ਸਾਨੂੰ ਕੋਈ ਇਹ ਨਹੀਂ ਦੱਸਦਾ ਇਸ ਟੈਕਨੋਲੋਜੀ ਦੀ ਇਨਵੈਂਸ਼ਨ ਪੰਜਾਬ ਦੇ ਸਾਇੰਟਿਸਟ ਡਾਕਟਰ ਨਰਿੰਦਰ ਸਿੰਘ ਕਪਾਨੀ ਨੇ ਕੀਤੀ ਹੈ। ਨਰਿੰਦਰ ਸਿੰਘ ਦਾ ਜਨਮ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਹੋਇਆ ਸੀ। ਇੱਕ ਸਵਾਲ ਨੇ ਇਹਨਾਂ ਦੀ ਪੂਰੀ ਲਾਈਫ ਚੇਂਜ ਕਰਤੀ। ਅਸੀਂ ਸਭ ਨੇ ਪੜ੍ਹਿਆ ਆ ਕਿ ਲਾਈਟ ਸਟ੍ਰੇਟ ਲਾਈਨ ਵਿੱਚ ਟਰੈਵਲ ਕਰਦੀ ਹੈ, ਪਰ ਇਹਨਾਂ ਦਾ ਸਵਾਲ ਸੀ ਕਿ ਅਸੀਂ ਲਾਈਟ ਨੂੰ ਬੈਂਡ ਕਰ ਸਕਦੇ ਹਾਂ ਜਾਂ ਨਹੀਂ। ਇਸ ਸਵਾਲ ਨੂੰ ਦਿਮਾਗ ਵਿੱਚ ਰੱਖ ਕੇ ਨਰਿੰਦਰ ਸਿੰਘ ਇੰਪੀਰੀਅਲ ਕਾਲਜ ਆਫ ਲੰਡਨ ਤੋਂ ਆਪਣੀ PhD ਕੰਪਲੀਟ ਕਰਦੇ ਆ। ਫਿਰ 1960 ਵਿੱਚ ਇੱਕ ਨਵੀਂ ਟਰਮ ਇੰਟਰੋਡਿਊਸ ਕਰਦੇ ਆ ਜਿਹਨੂੰ ਕਿਹਾ ਜਾਂਦਾ ਫਾਈਬਰ ਆਪਟਿਕਸ। ਡਾਕਟਰ ਕਪਾਨੀ ਨੇ ਟੋਟਲ ਇੰਟਰਨਲ ਰਿਫਲੈਕਸ਼ਨ ਫੀਨੋਮੇਨਾ ਦਾ ਯੂਜ਼ ਕੀਤਾ ਤੇ ਲਾਈਟ ਨੂੰ ਬੈਂਡ ਕਰਨ ਵਿੱਚ ਸਕਸੈਸਫੁਲ ਰਹਿੰਦੇ ਆ। ਤੇ ਅੱਜ ਕੱਲ ਫਾਈਬਰ ਕੇਬਲ ਦਾ ਯੂਜ਼ ਹਾਈ ਸਪੀਡ ਇੰਟਰਨੈਟ ਸਰਵਿਸਿਸ ਪ੍ਰੋਵਾਈਡ ਕਰਨ ਵਿੱਚ ਹੁੰਦਾ ਆ। ਪਹਿਲਾਂ ਇਲੈਕਟ੍ਰੀਕਲ ਸਿਗਨਲ ਲਾਈਟ ਸਿਗਨਲ ਵਿੱਚ ਕਨਵਰਟ ਹੁੰਦਾ ਆ। ਲਾਈਟ ਦੀ ਸਪੀਡ ਸਭ ਤੋਂ ਤੇਜ਼ ਹੋਣ ਕਰਕੇ ਇਹ ਸਿਗਨਲ ਬਹੁਤ ਤੇਜ਼ੀ ਨਾਲ ਟਰੈਵਲ ਕਰਦਾ ਆ। ਇਸੇ ਕਰਕੇ ਸਾਡੇ ਮੈਸੇਜਸ ਬਹੁਤ ਜਲਦੀ ਡਿਲੀਵਰ ਹੋ ਜਾਂਦੇ ਆ। ਜੇ ਤੁਸੀਂ ਅੱਜ ਇਹ ਵੀਡੀਓ ਆਪਣੇ ਫੋਨ ਤੇ ਦੇਖ ਰਹੇ ਹੋ, ਤੁਹਾਨੂੰ ਡਾਕਟਰ ਨਰਿੰਦਰ ਸਿੰਘ ਕਪਾਨੀ ਦਾ ਸ਼ੁਕਰੀਆ ਜ਼ਰੂਰ ਕਰਨਾ ਚਾਹੀਦਾ। ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ।